ਹੈ ਗੁਰਪ੍ਰੀਤ ਕਲਾਸਸ ਦੇ ਵਿੱਚ ਅੱਜ ਜੋ ਅਸੀਂ ਲੈਕਚਰ ਲਗਵਾਉਣ ਜਾ ਰਹੇ ਹਾਂ ਜੋ ਅਸੀਂ ਅੱਜ ਪੜ੍ਹਾਂਗੇ ਉਹ ਹਾਊਸਕੀਪਿੰਗ ਅਕੋਮੋਡੇਸ਼ਨ ਆਪਰੇਸ਼ਨ ਫਾਊਂਡੇਸ਼ਨ 2 ਦਾ ਚੈਪਟਰ ਹੈ ਜੋ ਕੰਪੋਜੀਸ਼ਨ ਕਲੀਨਿੰਗ ਸਰਫੇਸਿਸ ਚੱਲ ਰਿਹਾ ਹੈ ਸੋ ਉਹਦੇ ਵਿੱਚ ਲੈਦਰ ਹੈ ਆਪਾਂ ਮੈਟਲ ਵੁੱਡ ਅਤੇ ਗਲਾਸ ਪੜ੍ਹ ਚੁੱਕੇ ਹਾਂ ਅੱਜ ਅਸੀਂ ਲੈਦਰ ਬਾਰੇ ਪੜ੍ਹਾਂਗੇ ਲੈਦਰ ਦੇ ਵਿੱਚ ਕਹਿ ਰਹੇ ਨੇ ਕਿ ਲੈਦਰ ਇਜ਼ ਮੇਡ ਫਰੋਮ ਸਕਿਨਸ ਆਫ ਵੇਰੀਅਸ ਐਨੀਮਲ ਇਨਕਲੂਡਿੰਗ ਸੀਪ ਗੋਟਸ ਪਿਗਸ ਐਂਡ ਕੈਟਲ ਲੈਦਰ ਇਹਨਾਂ ਦੀ ਸਕਿਨ ਤੋਂ ਬਣਦੀ ਹੈ ਬਾਏ ਟੈਨਿੰਗ ਔਰ ਏ ਸਿਮੀਲਰ ਪ੍ਰੋਸੈਸ ਇਟ ਇਜ਼ ਵਨ ਆਫ ਦੀ ਮੋਸਟ ਡੂਰੇਬਲ ਐਂਡ ਵਰਸਟਾਈਲ ਆਫ ਆਲ ਨੈਚੁਰਲ ਮਟੀਰੀਅਲ ਇਹ ਕਾਫੀ ਸਮੇਂ ਤੱਕ ਜਿਹੜਾ ਇਹ ਰਹਿ ਜਾਂਦੀ ਹੈ ਮਤਲਬ ਡੂਰੇਬਲ ਮਤਲਬ ਟਾਈਮ ਪੀਰੀਅਡ ਇਹਦਾ ਬਹੁਤ ਜ਼ਿਆਦਾ ਹੁੰਦਾ ਸੋ ਕਹਿ ਰਹੇ ਨੇ ਦੀ ਸਕਿਨ ਆਰ ਟ੍ਰੀਟਡ ਇਨ ਵੇਰੀਅਸ ਵੇ ਟੂ ਗਿਵ ਡਿਫਰੈਂਟ ਵੈਰਾਇਟੀਜ਼ ਆਫ ਲੈਦਰ ਰੈਂਗਿੰਗ ਰੇਜਿੰਗ ਫਰੋਮ ਦੀ ਸੋਫਟ ਫਲੈਕਸੀਬਲ ਟਾਈਪਸ ਸੱਚ ਐਜ ਸਵਿਡ ਐਂਡ ਕਿਡ ਟੂ ਦੀ ਟਾਟਰ ਟਫਰ ਟਾਈਪ ਸੱਚ ਏ ਹਾਈਡ ਐਂਡ ਸਟਰਡੀ ਵੈਰਾਇਟੀਜ਼ ਆਫ ਪਿਗ ਸਕਿਨ ਲੈਦਰ ਕੈਨ ਬੀ ਡਾਈਡ ਇਨ ਏ ਵੈਰਾਇਟੀ ਆਫ ਕਲਰਸ ਐਂਡ ਇਜ਼ ਯੂਜਡ ਫੋਰ ਬੈਲਟਸ ਸ਼ੂਜ ਗਲਵਸ ਪਰਸਸ ਵੈਲਟ ਲਗੇਜ ਅਪਹੋਲਡਰ ਸਿਟੀ ਡੈਸਕਟੋਪਸ ਐਂਡ ਬੁੱਕਸ ਬਾਇੰਡਿੰਗ ਲੈਦਰ ਇਜ਼ ਐਕਸਪੈਂਸਿਵ ਐਂਡ ਸ਼ੁੱਡ ਬੀ ਕੈਪਟ ਸਪਲ ਟੂ ਪ੍ਰੀਵੈਂਟ ਕਰੈਕਿੰਗ ਲੈਦਰ ਆਲਸੋ ਪਿਕਡ ਅਪ ਓਇਲ ਐਂਡ ਗਰੀਸ ਰੈਡੀਵਲੀ ਜਨਰਲ ਕਲੀਨਿੰਗ ਆਫ ਲੈਦਰ ਇਨਵੋਲਵਸ ਡੇਲੀ ਡਸਟਿੰਗ ਔਰ ਸਕਸ਼ਨ ਕਲੀਨਿੰਗ ਇਨ ਕੇਸ ਆਫ ਸੋਇਲਿੰਗ ਵਾਈਪ ਦੀ ਲੈਦਰ ਵਿਦ ਏ ਸੋਫਟ ਕਲੋਥ ਬਰੰਗ ਆਊਟ ਏ ਵਾਰਮ ਵਾਟਰ ਐਂਡ ਮਿਲਡ ਸਾਇੰਥੈਟਿਕ ਡਿਟਰਜੈਂਟ ਫੋਲੋ ਵਿਦ ਏ ਡੈਂਪ ਡਸਟਿੰਗ ਵਿਦ ਕਲੀਨ ਵਾਟਰ ਐਂਡ ਦੈਨ ਡਰਾਈ ਥਰੋਲੀ ਓਕੇਜ਼ਨਲੀ ਲੈਦਰ ਮੇ ਬੀ ਪੋਲਿਸ਼ਡ ਵਿਦ ਏ ਗੁੱਡ ਫਰਨੀਚਰ ਪੋਲਿਸ਼ ਕਰੀਮ ਟੂ ਕੀਪ ਇਟ ਸਪਲ ਸੋਲਵੈਂਟ ਸ਼ੁੱਡ ਨੋਟ ਬੀ ਯੂਜਡ ਔਨ ਲੈਦਰ ਐਜ ਦੇ ਵਿਲ ਸਟੀਫਨ ਇਟ ਸੋ ਲੈਦਰ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸ਼ੂਜ਼ ਬੈਲਟਸ ਬਣਾਉਣ ਲਈ ਵੀ ਯੂਜ ਹੁੰਦੀਆਂ ਜਿਵੇਂ ਬਕਸਕਿਨ ਆ ਗਈ ਤੋ ਕਾਲਫ ਐਂਡ ਸਿਮੀਲਰ ਸ਼ਾਈਨੀ ਵਾਲੀਆਂ ਜਿਹੜੀਆਂ ਸ਼ੂਜ਼ ਐਂਡ ਹੈਂਡਬੈਗਸ ਚੌਮਸ ਜਿਹੜੀ ਵਾਸ਼ ਲੈਦਰ ਹੁੰਦੀ ਆ ਗਲੋਵਸ ਗਲਵਸ ਬਣਾਉਣ ਦੇ ਕੰਮ ਆਉਂਦੀ ਕਲੀਨਿੰਗ ਵਿੰਡੋ ਲਈ ਕੰਮ ਆਉਂਦੀ ਆ ਅਤੇ ਜਿਹੜੀ ਸੀਪ ਸਕਿਨ ਹੁੰਦੀ ਆ ਉਹ ਗਲਾਸਵੇਅਰ ਐਂਡ ਸਿਲਵਰ ਪੋਲਿਸ਼ਿੰਗ ਬਣਾਉਣ ਦੇ ਵਿੱਚ ਕੰਮ ਆਉਂਦੀ ਹੈ ਸੋ ਕਾਫੀ ਤਰ੍ਹਾਂ ਦੀਆਂ ਜਿਵੇਂ ਕਰੋਕੋਡਾਇਲ ਲਿਜ਼ਾਰਡ ਕਿਡ ਪੇਸ਼ੈਂਟ ਲੈਦਰ ਕਾਫੀ ਤਰ੍ਹਾਂ ਦੀਆਂ ਸੁਇਡ ਹੋ ਗਈਆਂ ਸੀਪ ਸਕਿਨ ਇਹ ਅਲੱਗ ਅਲੱਗ ਤਰ੍ਹਾਂ ਦੀਆਂ ਵੈਰਾਈਟੀਜ਼ ਅਲੱਗ ਅਲੱਗ ਚੀਜ਼ਾਂ ਬਣਾਉਣ ਦੇ ਕੰਮ ਆਉਂਦੀਆਂ ਜਿਨ੍ਹਾਂ ਦੇ ਨੋਟਸ ਮੈਂ ਭੇਜ ਚੁੱਕਾ ਹਾਂ ਸੋ ਇਹ ਸੀਗੀਆਂ ਤੁਹਾਡੀਆਂ ਲੈਦਰ ਸੋ ਲੈਦਰ ਤੋਂ ਕਾਫੀ ਤਰ੍ਹਾਂ ਦੇ ਪ੍ਰੋਡਕਟ ਬਣਦੇ ਨੇ ਅਤੇ ਲੈਦਰ ਜਿਹੜੀ ਆ ਉਹ ਸਕਿਨ ਤੋਂ ਪ੍ਰਾਪਤ ਹੁੰਦੀ ਆ ਕਿਹਨਾਂ ਦੀ ਸਕਿਨ ਤੋਂ ਮਿਲਦੀ ਆ ਲੈਦਰ ਇਹ ਮਿਲਦੀ ਆ ਸਕਿਨ ਆਫ ਵੇਰੀਅਸ ਐਨੀਮਲ ਸੋ ਜਿਵੇਂ ਸੀਪ ਹੋ ਗਿਆ ਗੋਲਸ ਹੋ ਗਿਆ ਪਿਗਸ ਹੋ ਗਿਆ ਕੈਟਲ ਹੋ ਗਿਆ ਸੋ ਆਪਾਂ ਟੋਪਿਕ ਕਿਹੜੇ ਕਿਹੜੇ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸ ਦੇਵਾਂ ਆਪਾਂ ਟੋਪਿਕ ਦਾ ਮੇਨ ਟੋਪਿਕ ਹੈ ਟਾਈਪਸ ਕੰਪੋਜੀਸ਼ਨ ਐਂਡ ਕਲੀਨਿੰਗ ਆਫ ਹਾਰਡ ਸਰਫੇਸ ਅਕੋਮੋਡੇਸ਼ਨ ਓਪਰੇਸ਼ਨ ਦਾ ਇਹ ਟੋਪਿਕ ਹੈ ਆਪਾਂ ਇਹਦੇ ਵਿੱਚ ਮੈਟਲ ਗਲਾਸ ਅਤੇ ਵੁੱਡ ਪੜ੍ਹ ਚੁੱਕੇ ਹਾਂ ਹੁਣ ਅਸੀਂ ਪੜ੍ਹ ਰਹੇ ਹਾਂ ਲੈਦਰ ਸੋ ਲੈਦਰ ਦਾ ਟੋਪਿਕ ਅਸੀਂ ਹੁਣ ਪੜ੍ਹਿਆ ਹੈ ਸੋ ਇਹ ਟੋਪਿਕ ਜਿਹੜੇ ਨੇ ਤੁਹਾਡੇ ਪੇਪਰਾਂ ਦੇ ਵਿੱਚ ਆਉਣੇ ਨੇ ਥੈਂਕ ਯੂ ਸੋ ਮੱਚ